ਤੁਸੀਂ ਜਿੰਮ ਜਾਂਦੇ ਹੋ ਜਾਂ ਤੁਸੀਂ ਜਿੰਮ ਨਹੀਂ ਜਾਂਦੇ ਦੋਨਾਂ ਦਾ ਅੰਤਰ ਦੱਸਦਾ ਅਗਰ ਤੁਸੀਂ ਜਿੰਮ ਜਾਂਦੇ ਹੋ ਤੁਹਾਡੇ ਮਸਲ ਬਣੇ ਰਹਿਣਗੇ metabolisim ਤੇਜ਼ ਹੋਣਗੇ ਹੱਡੀਆਂ ਮਜ਼ਬੂਤ ਹੋਣਗੇ ਤੁਸੀਂ ਬਹੁਤ ਕੈਂਡ ਓਡੇ ਓਡੇ ਫੀਲ ਕਰੋਗੇ ਅਗਰ ਤੁਸੀਂ ਜਿੰਮ ਨਹੀਂ ਜਾਂਦੇ ਤੁਹਾਡੇ ਮਸਲ ਲੂਜ਼ ਹੋ ਜਾਣਗੇ ਚਾਹੇ ਤੁਸੀਂ ਜਿਹੜੇ ਹੈ ਨੇ ਉਹ ਵੀ ਲੂਜ਼ ਹੋ ਜਾਣਗੇ ਕਰਦੇ ਕਰਦੇ ਹੱਡੀਆਂ ਕਮਜ਼ੋਰ ਬੁਢਾਪੇ 'ਚ ਕੰਬ ਕੰਬ ਕੇ ਤੁਰੋਗੇ ਫੈਟ ਬਹੁਤ ਈਜ਼ੀਲੀ ਸਟੋਰ ਹੋਣੀਆਂਗੇ ਜਿਮ ਜਾਣ ਦਾ ਗੋਲ ਕੱਲਾ ਇਹ ਨਹੀਂ ਕਿ ਅਸੀਂ weight loss ਹੀ ਕਰਨਾ ਚਾਹ। ਮੇਰਾ 17 ਇੰਚ ਦਾ ਡੋਲਾ ਬਣਿਆ ਕਿ ਨਾ ਜਾਂ ਮੇਰਾ ਸਿਕਸ ਪੈਕ ਨਿਕਲੇ ਨਿਕਲੇ ਨਿਕ ਨਾ। ਇਹ ਵੀ ਤੁਹਾਨੂੰ ਦੱਸਦਾ ਵੀ ਇਹ ਗੱਲ ਕਿੱਥੋਂ ਆਈ। ਫਿਟਨੈਸ ਇੰਡਸਟਰੀ ਨੇ ਇਹ ਜਿਹੇ ਪੈਰਾਮੀਟਰ ਸੈੱਟ ਕਰਤੇ ਤੌਲੇ ਅਰਗੇ ਢਿੱਡ ਹੁੰਦਾ ਬੰਦੇ ਦਾ 4 ਵੀਕਾਂ ਥਾਲੀ ਵਾਂਗੂ ਫਲੈਟ ਹੋ ਜਾਂਦਾ। ਉਸ ਕੇਸ ਦੇ ਵਿੱਚ ਜਦ ਬੰਦੇ ਨੇ ਐਕਸਟ੍ਰੀਮ ਡਾਈਟਿੰਗ ਕੀਤੀ ਹੈ ਜਾਂ ਫਿਟਨੈਸ ਵਾਲਾ ਗੱਪ ਮਾਰ ਰਿਹਾ ਹੈਗਾ। ਉਸੇ ਬੰਦੇ ਦੀ 6 ਮਹੀਨੇ ਬਾਅਦ ਹੀ ਫੋਟੋ ਪਾਉਣਾ ਫਿਰ ਤੌਲੇ ਵਾਲਗਾ ਹੋਇਆ ਹੁੰਦਾ ਕਿਉਂਕਿ ਐਕਸਟ੍ਰੀਮ ਡਾਈਟਿੰਗ ਮੋਸਟ ਕੇਸਿਸ ਤੁਸੀਂ ਆ ਇੱਕ ਗੋਲ ਪਿੱਛੇ ਕਿ ਮਸਲ ਬਣ ਰਹੇ ਨੇ ਕਿ weight loss ਹੋ ਰਿਹਾ ਕਿ ਨਹੀਂ ਬਾਕੀ ਦੇ 99 ਚੀਜ਼ਾਂ ਜਿਹੜੀਆਂ ਸਰੀਰ ਦੇ ਅੰਦਰ ਹੋ ਰਹੀਆਂ ਨੇ ਉਹ ਇਗਨੋਰ ਕਰ ਰਹੇ ਹੋਗੇ ਐਕਸਰਸਾਈਜ਼ ਕਰਨ ਦੇ ਨਾਲ ਕੰਫੀਡੈਂਸ ਆਉਂਦਾ ਐਨਰਜੀ ਬਣੀ ਰਹਿੰਦੀ ਹੈ ਉੱਡੇ ਉੱਡੇ ਫਿਰਦੇ ਹਾਂ ਕਿੰਨੇ ਗੁੱਡ ਹਾਰਮੋਨਸ ਟੈਸਟੋਸਟਰੋਨ ਡੋਪਾਮਾਈਨ ਐਂਡੋਰਫਿਨਸ ਮੈਲਾਟੋਨਿਨ 세ਰੋਟੋਨਿਨ ਇਹ ਸਾਰੇ ਰਿਲੀਜ਼ ਹੁੰਦੇ ਆ ਜਿਹੜੇ ਸਾਡੇ ਪੂਰੇ ਬੋਡੀਲੀ ਫੰਕਸ਼ਨ ਨੂੰ ਰੈਗੂਲੇਟ ਕਰਦੇ ਆ ਸਹੀ ਰੱਖਦੇ ਆਗੇ ਮੈਂ ਹੁਣ ਪਹਿਲਾ 3 ਸਾਲ ਕਾਫੀ ਪਾਰਾ ਸੀਗਾ ਹੁਣ ਤਾਂ ਅਸੀਂ ਵੇਟ ਲੋਸ ਨਹੀਂ ਕਰ ਰਹੇ ਮੈਨੇਜ ਕਰ ਰਹੇ ਹਾਂ ਮਸਲ ਬਿਲਡ ਕਰ ਰਹੇ ਹਾਂਗੇ ਹੁਣ ਅਗਰ ਮੈਂ ਐਕਸਰਸਾਈਜ਼ ਕਰਦਾ ਤਾਂ ਮੈਂ ਇਹ ਸੋਚ ਕੇ ਨਹੀਂ ਕਰਦਾ ਕਿ ਮੇਰੇ ਮਸਲ ਬਣ ਰਿਹਾ ਹੈ ਕਿ ਨਹੀਂ ਅਲਟੀਮੇਟਲੀ ਗੋਲ ਤਾਂ ਹੈ ਇਹ ਮਸਲ ਬਿਲਡਿੰਗ ਮੈਂ ਐਕਸਰਸਾਈਜ਼ ਕਰਦਾ ਮੈਨੂੰ ਸਵਾਦ ਆਉਂਦਾਗਾ ਮੇਰਾ ਮਾਈਂਡ ਸਹੀ ਰਹਿੰਦਾਗਾ ਕੌਨਫੀਡੈਂਸ ਬਣਿਆ ਰਹਿੰਦਾਗਾ ਅੰਗਰੇਜ਼ੀ ਕੀ ਕਹਿੰਦੇ ਐਕਸਰਸਾਈਜ਼ ਮੇਕਸ ਯੂ ਡੂ ਥਿੰਗਸ ਯੂ ਡੋਨਟ ਵਾਂਟ ਟੂ ਡੂ ਆਮੇ ਵੀਡੀਓ ਵੀ ਬਣਾਉਣਾ ਨਾ 99% ਵੀਡੀਓਜ਼ ਰਾਈਟ ਆਫ ਦਾ ਐਕਸਰਸਾਈਜ਼ ਹੁੰਦੀਆਂ ਨੇ ਮੈਂ ਕੇਅਰ ਨਹੀਂ ਕਰਦਾ ਸਵੇਰ ਦੇ 3 ਵਜੇ ਕਿ ਸ਼ਾਮ ਦੇ 5 ਵਜੇ ਹੈਗੇ ਜੇ ਮੈਂ ਐਕਸਰਸਾਈਜ਼ ਕਰਨ ਤੋਂ ਬਾਅਦ ਵੀਡੀਓ ਨਹੀਂ ਬਣਾਈ ਫਿਰ ਕਈ ਵਾਰ ਲੰਘ ਹੀ ਜਾਂਦਾ ਕੰਮ ਫੇਰ ਮੇਰਾ ਜੀ ਨਹੀਂ ਕਰਦਾ ਹੁੰਦਾ ਬਣਾਉਣ ਨੂੰ ਸੋ ਐਕਸਰਸਾਈਜ਼ ਕਰਨ ਜਾਓ ਇਹ ਸੋਚ ਕੇ ਨਹੀਂ ਕਿ ਤੁਹਾਡਾ weight loss ਹੋ ਰਿਹਾ ਕਿ ਨਹੀਂ ਇਹ ਸੋਚ ਕੇ ਕਿ ਅਸੀਂ ਗੁੱਡ ਫੀਲ ਕਰਨਾ ਜਸਟ ਬਾਈ ਡੂਇੰਗ ਐਕਸਰਸਾਈਜ਼ ਬਾਈ ਲਿਫਟਿੰਗ weightਸ ਤੁਸੀਂ 80% ਪੋਪੂਲੇਸ਼ਨ ਤੋਂ ਬੈਟਰ ਲੁੱਕ ਕਰ ਸਕਦੇ ਹੋਗੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋਗੇ ਜਾਂ ਭਾਰ ਚੱਕਦੇ ਹੋਗੇ ਤੁਹਾਡੇ ਮਸਲ ਬਣਦੇ ਹੈਗੇ ਜਿਹੜਾ ਵੀ ਤੁਸੀਂ ਖਾਣਾ ਖਾਣੇ ਉਹ ਮਸਲਾਂ ਵੱਲ ਜਾਂਦਾ ਦਾ ਫੈਟ ਸਟੋਰ ਨਹੀਂ ਹੁੰਦੀ इजीली ਬਾਡੀ ਨੂੰ ਫੈਟ ਸਟੋਰ ਕਰਨੀ ਵਧੀਆ ਲੱਗਦੀ ਹੈ ਪਰ ਜਦੋਂ ਅਸੀਂ ਭਾਰ ਚੱਕ ਕੇ ਬਾਡੀ ਨੂੰ ਰੀਜ਼ਨ ਦਿੰਨੇ ਆਗੇ ਕਿ ਤੂੰ ਮਸਲ ਬਿਲਡ ਕਰ ਹਨਾ ਫਿਰ ਉਹ ਸਾਰਾ ਖਾਣਾ ਮਸਲ ਲੈ ਜਾਂਦੇ ਹੈਗੇ ਗੋਲ ਇਹ ਨਹੀਂ ਹੈਗਾ ਕਿ ਬੁੱਕ ਲਿਖਣੀ ਆ ਗੋਲ ਇਹ ਹੈ ਕਿ ਰੋਜ਼ ਲਿਖਣਾਗਾ ਬੁੱਕ ਆਪਦੇ ਆਪ ਲਿਖੀ ਜਾਊਗੀ ਗੋਲ ਇਹ ਨਹੀਂ ਹੈਗਾ ਕਿ ਮੈਰਾਥਨ ਭੱਜਣੀ ਆ ਗੋਲ ਇਹ ਹੈ ਕਿ ਰਨਿੰਗ ਕਰਨੀ ਆ ਮੈਰਾਥਨ ਆਪਦੇ ਆਪ ਭੱਜੀ ਜਾਊਗੀ ਹੁਣ ਅੱਜ ਫਰਾਈਡੇ ਮੇਰਾ ਰਨ ਨਾ ਸੀਗਾ ਜਿੱਦਨ ਮੇਰਾ ਕੰਮ ਹੁੰਦਾ ਉਹਦੇ ਮੇਰਾ ਰਨ ਨਾ ਹੁੰਦਾ ਜੇ ਕੰਮ ਹੈ ਨਹੀਂ ਤਾਂ ਰਨ ਹੈ ਨਹੀਂ ਤਾਂ ਬਾਲੇ ਸੀਰੀਅਸ ਵੀ ਨਹੀਂ ਲਿਆ ਹੋਇਆ weight lifting ਦਾ 4 ਦਿਨ ਚੱਲਦੀ ਹੋਆ ਕਾਰਡੀਓ ਦੇ ਵਿੱਚ ਜੇ ਅਗਰ ਕੰਮ ਨਹੀਂ ਹੈਗਾ ਤਾਂ ਫਿਰ ਆਪਾਂ ਕਾਰਡੀਓ ਸਕਿਪ ਕਰ ਦਿੰਦੇ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਤਾਂ ਸਾਰੀ ਉਮਰ ਹੀ ਫਿਟਨੈਸ ਕਰਨੀ ਹੈਗੀ ਸੋ ਮੇਕ ਸ਼ੋਰ ਕਿ ਤੁਸੀਂ ਜਿਮ ਜਾਓ ਨਾਟ ਜਸਟ ਫਾਰ ਦਾ ਪਰਪਸ ਆਫ weight loss ਜਾਂ ਮਸਲ ਬਿਲਡਿੰਗ ਉਹ ਤਾਂ ਨਾਲ-ਨਾਲ ਹੋਈ ਜਾਣਾ ਗੋ देयर ਤਾਂ ਕਿ ਤੁਸੀਂ ਮਾੜੀਆਂ ਆਦਤਾਂ ਤੋਂ ਦੂਰ ਰਹੋ